ਸਪੀਕਰ ਸਾਹਿਬ, ਮੈਂ ਬੀਬਾ ਜੀ ਨੂੰ ਇੱਕ ਮਿੰਟ ਜੀ, ਮੇਰਾ ਖਿਆਲ ਹੈ ਇਹ ਫਸਟ ਟਾਈਮ ਬੋਲ ਰਿਹਾ ਜੀ, ਮੈਨੂੰ ਕੋਈ ਇਤਰਾਜ਼ ਨਹੀਂ ਇਹਨਾਂ ਤੇ। ਤੋ ਲੈਟ ਹਰ ਕੰਪਲੀਟ, ਤੁਸੀਂ ਨੋਟ ਕਰ ਲਓ, ਨੋਟ ਕਰ ਲਓ ਬਾਅਦ ਜਵਾਬ ਦੇ। ਰਾਜਾ ਜੀ, ਬੀਬਾ ਜੀ, ਰਾਜਾ ਜੀ, ਤੁਸੀਂ ਨੋਟ ਕਰ ਲਓ, ਤੁਹਾਡੇ ਤੋਂ ਜਵਾਬ ਲੈ ਲਾਂਗੇ। ਸ਼ੀ ਇਜ਼ ਫਸਟ ਟਾਈਮ ਸਪੀਕਿੰਗ। ਜੀ ਜੀ ਜੀ, ਸ਼ੀ ਇਜ਼ ਸਪੀਕਿੰਗ ਫਸਟ ਟਾਈਮ। ਰਾਜਾ ਜੀ ਦਾ ਨਾਂ ਲਿਆ ਗਿਆ ਸੀ, ਇਹ ਜਵਾਬ ਦੇਣਾ ਚਾਹੁੰਦੇ ਹੈ। ਕਾਈਂਡਲੀ ਬਰੀਫ ਐਂਡ ਕ੍ਰਿਸਪ। ਦੇਖੋ ਸਪੀਕਰ ਸਾਹਿਬ, ਇਲਜ਼ਾਮਤ ਲਾਉਣੇ ਬੜੇ ਸੌਖੇ। ਸੋ ਮੈਂ ਆਪਦੀ ਛੋਟੀ ਭੈਣ ਨੂੰ ਤੁਹਾਡੇ ਰਾਹੀਂ ਬੇਨਤੀ ਕਰਨੀ ਚਾਹੁੰਦਾ ਹੈ। ਹਾਂਜੀ, ਮੈਂ ਬੇਨਤੀ ਕਰਨੀ ਚਾਹੁੰਦਾ ਹੈ ਕਿ ਜਿਹੜਾ ਇਲਜ਼ਾਮਤ ਲਾਉਣੇ ਬੜੇ ਸੌਖੇ ਨੇ, ਬਟ ਕੰਮ ਕਰਨੇ ਬੜੇ ਔਖੇ ਨੇ। ਹੁਣ ਮੈਂ ਅਗਰ ਛੋਟੀ ਭੈਣ ਦੀ ਗੱਲ ਕਰਾਂ, ਮੈਂ ਪਰਸੋਂ ਵੀਡੀਓ ਸੁਣ ਰਿਹਾ ਸੀ, ਇਹ ਕਹਿੰਦੇ ਮੈਂ ਸਿਆਸਤ ਛੱਡ ਦੂੰ ਜੇ ਸੰਗਰੂਰ ਦੀ ਰਾਜਧਾਨੀ 'ਚੋਂ ਅਸੀਂ ਚੁਣਾਵ ਹਾਰ ਗਏ। ਇਹ ਸਾਡੀ ਰਾਜਧਾਨੀ ਹੈ, ਮੈਂ ਦਿਖਾ ਦੂੰਗਾ। ਇਹ ਤੁਸੀਂ ਕਿਹਾ ਸੀ ਵੀ ਕਿਤੋਂ ਆਮ ਆਦਮੀ ਪਾਰਟੀ ਦੇਸ਼ 'ਚੋਂ ਕਿਤੋਂ ਹਾਰ। ਠੀਕ ਹੈ। ਸੋ ਮੇਰੇ ਕਹਿਣ ਦਾ ਮਤਲਬ, ਜਿਹੜੀ ਬੱਸ ਸਟੈਂਡ ਦੀ ਗੱਲ ਸੀ, ਬੱਸ ਸਟੈਂਡ ਦੀ ਗੱਲ ਸੀ, ਇੱਕ ਮਿੰਟ ਯਾਰ, ਇੱਕ ਮਿੰਟ, ਹੁਣ ਮੈਂ ਬੱਸ ਸਟੈਂਡ ਦੀ ਗੱਲ ਸੀ, ਉਹਦੇ ਵਾਸਤੇ ਫਿਰ ਮੈਂ ਦੁਬਾਰੇ ਇਹ ਕਹਿਣ ਲੱਗਿਆ, ਉਹਦਾ ਉਦਘਾਟਨ ਹੀ ਨਹੀਂ ਕੀਤਾ। ਉਹ ਬੱਸ ਸਟੈਂਡ ਦੇ ਆਸੇ ਪੈਸੇ ਵੀ ਆਏ ਸੀ, ਉਹ ਬੰਨ ਵੀ ਲੱਗਿਆ। ਦੂਜੀ ਗੱਲ, ਸਾਨੂੰ ਲੋਕਾਂ ਨੇ ਨਕਾਰਿਆ 5 ਸਾਲਾਂ ਬਾਅਦ ਸਾਡੀਆਂ ਗਲਤੀਆਂ ਕਰਕੇ, ਪਰ ਤੁਹਾਡਾ ਕੰਮ ਉਹਨਾਂ ਨੇ 3 ਮਹੀਨਿਆਂ 'ਚ ਹੀ ਕਰਤਾ, 100 ਦਿਨਾਂ 'ਚ ਹੀ ਰਾਜਧਾਨੀ 'ਚੋਂ ਫਾਰਗ ਕਰਤਾ। ਠੀਕ ਹੈ। ਅਮੀਤ ਜੀ ਕੁਛ ਕਹਿਣਾ ਚਾਹੁੰਦੇ ਆ ਜੀ। ਸਰ ਮੈਂ ਮੰਤਰੀ ਜੀ, ਸਰ ਮੈਂ ਪਹਿਲਾਂ ਵੀ ਰਾਜਾ ਜੀ ਦੇ ਇਸੇ ਸਵਾਲ ਦਾ ਜਵਾਬ ਦੇ ਕੇ ਹਟਿਆ ਜੀ। ਜਦੋਂ ਸਰ ਪਹਿਲਾਂ ਬਾਈ ਇਲੈਕਸ਼ਨਾਂ ਹੁੰਦੀਆਂ ਸੀ, ਉਹਦੇ ਵਿੱਚ ਗੱਲ ਥੋੜ੍ਹੀ ਜਿਹੀ ਰਹਿ ਗਈ ਸੀ। ਆਹ ਗੋਲਡੀ ਜੀ ਸਾਡੇ ਇੱਥੇ ਬੈਠੇ ਹੋਣਗੇ, ਜਲਾਲਾਬਾਦ ਦੀ ਇਲੈਕਸ਼ਨ ਹੋਈ ਸਰ, ਇਲੈਕਸ਼ਨ ਕੈਂਡੀਡੇਟ ਨਹੀਂ ਸੀ ਲੜਦਾ, ਇਲੈਕਸ਼ਨ DSP ਤੇ SSP ਲੜਦੇ ਸੀ। ਡਿਊਟੀਆਂ ਲਾਈਆਂ ਜਾਂਦਾ ਸੀ, ਵੀ ਵੋਟ ਕਰ ਗਈ, ਤੁਹਾਡੀ ਟ੍ਰਾਂਸਫਰ ਦੇਖ ਲਿਓ। ਸਰ ਸ਼ਾਹਕੋਟ ਦੀ ਇਲੈਕਸ਼ਨ ਹੋਈ, ਆ ਨਾਮ ਤਾਂ ਤੁਸੀਂ ਐਗਜ਼ਾਮ ਕੱਟ ਦਿਓ, ਬਾਅਦ 'ਚੋਂ ਵੀ ਨਹੀਂ ਲੈਣਾ ਸੀ। ਸੰਦੀਪ ਸੰਧੂ ਸਰ ਉੱਥੇ ਗਿਆ, ਲਿਸਟ ਬਣਾ ਲਈ ਸਾਰੇ ਮੁਲਾਜ਼ਮਾਂ ਦੀ ਪਿੰਡ ਵਾਈਜ਼, ਵੀ ਕਿਹੜੇ ਪਿੰਡ 'ਚ ਕਿੰਨੇ ਮੁਲਾਜ਼ਮ ਹੈ। ਉਹਨਾਂ ਨੂੰ ਕਿਹਾ ਗਿਆ ਵੀ ਜੇ ਤੁਹਾਡੇ ਪਿੰਡੋਂ ਵੋਟ ਘੱਟ ਗਈ, ਫਿਰ ਆਪਦਾ ਦੇਖ ਲਓ ਵੀ ਫਾਜ਼ਿਲਕਾ ਅਤੇ ਪਠਾਨਕੋਟ ਕਿੱਥੇ ਹੈ ਇੱਥੋਂ। ਐਂ ਤਾਂ ਸਰ ਇਲੈਕਸ਼ਨਾਂ ਲੜਦੇ ਰਹੇ ਆ, ਇਹ ਪਹਿਲੀ ਵਾਰ ਹੋਇਆ ਜੇ ਲੋਕਾਂ ਨੇ ਸਾਨੂੰ ਬਦਲਾਅ ਲਈ ਲੈ ਕੇ ਆਉਂਦਾ ਸੀ, ਤਾਂ ਅਸੀਂ ਸਰ ਨਵੀਂ ਪਿਰ ਦੀ ਸ਼ੁਰੂਆਤ ਕੀਤੀ ਹੈ। ਇੱਕ ਵੀ ਬੂਥ 'ਤੇ ਕੈਪਚਰਿੰਗ ਹੋਈ ਹੋਵੇ, ਇੱਕ ਵੀ ਕੋਈ ਕਿਸੇ ਨੂੰ ਧਮਕੀ ਦਿੱਤੀ ਹੋਵੇ, ਕਿਸੇ ਮੁਲਾਜ਼ਮ ਨੂੰ, ਕਿਸੇ ਅਫਸਰ ਨੂੰ ਵੀ ਭਾਈ ਤੇਰੀ ਬਦਲੀ ਕਰ ਦਿਆਂਗੇ। ਅਕਾਲੀ ਸਾਹਿਬ ਇੱਥੇ ਆਏ ਨਹੀਂ, ਸੁੱਖੀ ਜੀ ਬੈਠੇ, ਉਹਨਾਂ ਦੀ ਪਾਰਟੀ ਦੇ ਦੇਖਣ ਸਰ ਪਿਛਲੀ ਬਾਈ ਇਲੈਕਸ਼ਨ 'ਚ ਕੀ ਕੁਛ ਹੋਇਆ, ਕਿਵੇਂ ਐਤਕੀ ਵੀ ਜਮਾਨਤ ਜ਼ਬਤ ਹੋਈ ਆ ਤੁਹਾਡੀ, ਐਤਕੀ ਵੀ ਜਮਾਨਤ ਜ਼ਬਤ ਹੋਈ ਹੈ ਸਰ, ਐਤਕੀ ਵੀ ਜਮਾਨਤ ਜ਼ਬਤ ਹੋਈ ਹੈ। ਆਪਾਂ ਅੱਗੇ ਚਲਾਈਏ ਜੀ ਬਹਿਸ ਨੂੰ, ਆਪਾਂ ਬਹਿਸ ਨੂੰ ਅੱਗੇ ਚਲਾਈਏ। ਕਿਰਪਾ ਕਰਕੇ ਸਾਰੇ ਸਾਥੀ ਬੈਠ ਜਾਣ, ਮੰਤਰੀ ਜੀ ਤੁਸੀਂ ਵੀ ਬੈਠ ਜਾਓ, ਪ੍ਰਧਾਨ ਜੀ ਤੁਸੀਂ ਵੀ ਬੈਠ ਜਾਓ, ਡਾਕਟਰ ਰਾਜ ਕੁਮਾਰ ਜੀ।